ਜੀ, ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਜਿਹੜੀ ਲਾਈਟ ਟੂ ਮੋਡਰੇਟ ਬਾਰਿਸ਼ ਆਬਜ਼ਰਵ ਕੀਤੀ ਗਈ ਹੈ, ਕਿਉਂਕਿ ਜਿਹੜਾ WD ਸਿਸਟਮ ਦਾ ਇੰਪੈਕਟ ਬਣਿਆ ਹੋਇਆ ਸੀ, ਔਰ ਹੁਣ ਅੱਜ ਔਰ ਕੱਲ ਕੰਡੀਸ਼ਨਸ ਆਲਮੋਸਟ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ, ਬਟ ਇੱਕ ਸਿਸਟਮ ਦਾ ਇਫੈਕਟ ਅਸੀਂ ਫਿਰ ਦੇਖ ਰਹੇ ਹਾਂ। ਸੋ 18 ਤੋਂ 20 ਤਰੀਕ ਦੇ ਵਿੱਚ ਫਿਰ ਜਿਹੜਾ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਲਾਈਟ ਜਿਹੜੀ ਬਾਰਿਸ਼ ਹੋ ਸਕਦੀ ਹੈ, ਔਰ ਇਹਦੇ ਤੋਂ ਬਿਨਾਂ ਲਾਈਟਨਿੰਗ, ਥੰਡਰਿੰਗ ਜਾਂ ਫਿਰ ਤੇਜ਼ ਹਵਾਵਾਂ ਨੇ ਜਿਹੜੀਆਂ ਉਹ ਵੀ ਚੱਲ ਸਕਦੀਆਂ ਨੇ। ਜੀ, ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜੀ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣ ਸਕਦੀਆਂ ਨੇ। ਬਾਰਿਸ਼ ਜ਼ਿਆਦਾ ਹੈਵੀ ਦੀ ਕੋਈ ਪ੍ਰਡਿਕਸ਼ਨ ਨਹੀਂ ਹੈ, ਲਾਈਟ ਰੇਨ ਹੀ ਹੋ ਸਕਦੀ ਹੈ, ਬਟ ਤੇਜ਼ ਹਵਾਵਾਂ, ਲਾਈਟਨਿੰਗ ਔਰ ਥੰਡਰੀ ਡਿਵੈਲਪਮੈਂਟ ਜਿਹੜੀ ਉਹ ਜ਼ਰੂਰ 18 ਤੋਂ 20 ਦੇ ਵਿੱਚ ਹੋ ਸਕਦੀ ਹੈ। ਜੀ, ਅੱਜ ਕੱਲ੍ਹ ਵੀ ਜੇ ਅਸੀਂ ਦੇਖੀਏ, ਕਿਉਂਕਿ ਹਲੇ ਇਫੈਕਟ ਜਿਹੜਾ ਪਿਛਲੇ ਸਿਸਟਮ ਦਾ ਹੈ, ਸੋ ਉਹਦੇ ਕਰਕੇ ਟੈਂਪਰੇਚਰ ਕੰਡੀਸ਼ਨਸ ਫਿਲਹਾਲ ਵੀ, ਜਿਵੇਂ ਕੱਲ੍ਹ ਦਾ ਜੋ ਮੈਕਸੀਮਮ ਟੈਂਪਰੇਚਰ 32.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਕੱਲ੍ਹ ਦਾ ਨੋਰਮਲ ਡੇ ਟਾਈਮ ਟੈਂਪਰੇਚਰ 35.3 ਡਿਗਰੀ ਸੈਂਟੀਗ੍ਰੇਡ ਸੀ। ਸੋ ਲਗਭਗ 2.5 ਡਿਗਰੀ ਸੈਂਟੀਗ੍ਰੇਡ ਜਿਹੜਾ ਨੋਰਮਲ ਤੋਂ ਨੀਚੇ ਰਿਕਾਰਡ ਕੀਤਾ ਗਿਆ। ਇਸੀ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 18.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਅੱਜ ਦਾ ਨੋਰਮਲ ਮਿਨੀਮਮ ਟੈਂਪਰੇਚਰ 18 ਡਿਗਰੀ ਸੈਂਟੀਗ੍ਰੇਡ ਹੈ। ਸੋ ਲਗਭਗ 0.4 ਡਿਗਰੀ ਸੈਂਟੀਗ੍ਰੇਡ ਨੋਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ। ਸੋ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ WD ਸਿਸਟਮ ਆਲਰੇਡੀ ਮੂਵ ਹੋਇਆ, ਉਹਦਾ ਹਲੇ ਥੋੜ੍ਹਾ ਇਫੈਕਟ ਹੈ, ਉਹਦੇ ਕਰਕੇ ਜਿਹੜਾ ਕੱਲ੍ਹ ਦਾ ਡੇ ਟਾਈਮ ਟੈਂਪਰੇਚਰ ਅਸੀਂ ਨੋਰਮਲ ਤੋਂ ਘੱਟ ਰਿਕਾਰਡ ਕੀਤਾ। ਸੋ ਆਉਣ ਵਾਲੇ ਦਿਨਾਂ ਵਿੱਚ ਵੀ, ਕਿਉਂਕਿ WD ਸਿਸਟਮ ਦਾ ਇਫੈਕਟ ਰਹਿਣ ਵਾਲਾ ਹੈ, ਸੋ ਉਹਦੇ ਕਰਕੇ ਫਿਲਹਾਲ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਚੱਲ ਰਹੀਆਂ ਨੇ, ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੀ ਹਲੇ ਬਣੇ ਰਹਿਣ ਦੀ ਪ੍ਰਡਿਕਸ਼ਨ ਹੈ। ਔਰ ਉਹਦੇ ਤੋਂ ਬਾਅਦ ਜਦੋਂ ਕੰਡੀਸ਼ਨਸ ਕਲੀਅਰ ਹੋ ਜਾਂਦੀਆਂ ਨੇ, ਫਿਰ ਜਿਹੜਾ ਗ੍ਰੈਜੂਅਲੀ ਟੈਂਪਰੇਚਰ ਦੇ ਵਿੱਚ ਰਾਈਜ਼ ਅਸੀਂ ਓਬਜ਼ਰਵ ਕਰ ਸਕਦੇ ਹਾਂ। ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਵੀ, ਕਿਉਂਕਿ ਜਿਹੜਾ WD ਸਿਸਟਮ ਦਾ ਥੋੜ੍ਹਾ ਇਫੈਕਟ ਹੈ, ਉਹਦੇ ਨਾਲ ਲਾਈਟਨਿੰਗ ਵੀ ਹੋ ਸਕਦੀ ਹੈ ਔਰ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ, ਔਰ ਜਿਹੜੀ ਥੰਡਰਿੰਗ ਵੀ ਹੋ ਸਕਦੀ ਹੈ, ਲਾਈਟ ਰੇਨ ਕਿਤੇ ਕਿਤੇ ਹੋ ਸਕਦੀ ਹੈ। ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ, ਕਿਉਂਕਿ ਹੁਣ ਜਿਹੜੀ ਕ੍ਰੋਪ ਮੈਚੋਰ ਹੋ ਚੁੱਕੀ ਹੈ, ਹਾਰਵੈਸਟਿੰਗ ਉਹਦੀ ਸਟਾਰਟ ਹੋ ਚੁੱਕੀ ਹੈ, ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਜ਼ਰੂਰ ਕ੍ਰੋਪ ਨੂੰ ਨੁਕਸਾਨ ਕਰਦੀਆਂ ਨੇ। ਸੋ ਫਾਰਮਰਸ ਨੂੰ ਅਸੀਂ ਇਹੀ ਸਲਾਹ ਦੇ ਸਕਦੇ ਹਾਂ ਕਿ ਇਹ ਵਾਲੀਆਂ ਵੈਦਰ ਕੰਡੀਸ਼ਨਸ ਨੂੰ ਧਿਆਨ ਵਿੱਚ ਰੱਖ ਕੇ ਹੀ ਤੁਸੀਂ ਜਿਹੜਾ ਹਾਰਵੈਸਟਿੰਗ ਓਪਰੇਸ਼ਨ ਨੂੰ ਪਲਾਨ ਕਰੋ। ਜਦੋਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੀ ਪ੍ਰਡਿਕਸ਼ਨ ਹੋਵੇ ਤਾਂ ਹਾਰਵੈਸਟਿੰਗ ਥੋੜ੍ਹੀ ਵਿਦ ਹੋਲਡ ਕਰ ਦੇਣੀ ਚਾਹੀਦੀ ਹੈ, ਇਹਨਾਂ ਤੋਂ ਬਾਅਦ ਹੀ ਹਾਰਵੈਸਟਿੰਗ ਕਰਨੀ ਚਾਹੀਦੀ ਹੈ, ਤਾਂ ਕਿ ਜਿਹੜਾ ਪ੍ਰੋਡਿਊਸ ਨੂੰ ਉਹਦੀ ਕੁਆਂਟਿਟੀ ਜਾਂ ਕੁਆਲਿਟੀ ਨੂੰ ਇਹਦਾ ਜ਼ਿਆਦਾ ਨੁਕਸਾਨ ਨਾ ਹੋ ਸਕੇ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।